ਆਪਾਂ ਸਿੱਖਾਂ ਨੂੰ ਲੈ ਕੇ ਗੱਲ ਕਰੀਏ ਤਾਂ ਅੰਮ੍ਰਿਤਪਾਲ ਵੀ ਜਿਹੜੇ ਜੇਲ੍ਹ 'ਚ ਮੰਨੇ, ਬਾਬਾ ਬਕਾਲਾ ਸਾਹਿਬ ਦੇ ਵਿੱਚ ਵੀ ਵੱਡਾ ਇਕੱਠ ਕੀਤਾ ਗਿਆ, ਅਤੇ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਰਾਜੋਆਣੇ ਨੂੰ ਪਹਿਲਾਂ ਛਡਾਉਣਾ ਜਾਂ ਅੰਮ੍ਰਿਤਪਾਲ ਨੂੰ। ਮੈਂ ਤੁਸੀਂ ਉੱਥੇ ਪੋਸਟਰ ਲੱਗੇ ਵੇ ਦੇਖੇ ਹੀ ਆ ਜੀ, ਪੋਸਟਰਾਂ ਦੇ ਉੱਤੇ ਯਾ ਰਾਜੋਵਣ ਉਹਦੀ ਸੌਰੀ ਅੰਮ੍ਰਿਤਪਾਲ ਦੀ ਫੋਟੋ ਸੀ ਯਾ ਜਿਹੜਾ ਹੈਗਾ ਸਰਬਜੀਤ ਸਿੰਘ ਦੀ ਫੋਟੋ ਸੀ ਜੀ। ਤੇ ਜਿਹੜੇ ਇਹ ਨਾ ਤਾਂ ਹਾਲੇ ਅੰਮ੍ਰਿਤਪਾਲ ਨੂੰ ਮੇਰੇ ਖਿਆਲ ਸਾਲ ਵੀ ਨਹੀਂ ਹੋਇਆ ਆਉਣਾ ਅੰਦਰ ਗਏ ਨੂੰ, ਠੀਕ ਹੈ, ਔਰ ਕਿਹੜੇ ਕੇਸ ਦੇ ਵਿੱਚ ਗਏ ਆ ਉਹ ਤੁਹਾਨੂੰ ਪਤਾ ਹੈਗਾ। ਤੇ ਰਾਜੋਵਣ ਉਹਨਾਂ ਦੀ ਤਾਂ ਫੋਟੋ ਕਿਤੇ ਨੇੜੇ ਤੇੜੇ ਵੀ ਨਹੀਂ ਦਿਖਾਈ, ਫਿਰ ਬੰਦੀ ਸਿੱਖ ਕਿਹੜੇ ਹੈਗੇ ਆ, ਛੁਹਾਰਾ ਹੋਵੇ ਰਾਜੋਆਣਾ ਹੋਵੇ ਕਿਹੜਾ ਹੋਵੇ, ਜਿਹੜੇ ਇੰਨੇ ਇੰਨੇ ਸਾਲਾਂ ਤੋਂ ਬੈਠੇ ਆ ਬੰਦੀ ਸਿੱਖ ਤਾਂ ਉਹ ਹੈ। ਇਹਨਾਂ ਦਾ ਸਾਲ ਦੇ ਵਿੱਚ ਸਾਰਾ ਜ਼ੋਰ SGPC ਦਾ ਲਵਾਇਆ ਪਿਆ ਰਿਲੀਜ਼ ਕਰਾਉਣ ਵਾਸਤੇ, ਸਾਰਾ ਟੱਬਰ ਲੱਗਿਆ ਵਾ, ਅਤੇ ਬਾਕੀ ਜਿਹੜੇ ਹੈਗੇ ਆ ਹੋਰ ਵੀ ਇੱਕਾ ਦੁੱਕਾ ਇਸ ਕੰਮ 'ਤੇ ਲੱਗੇ ਪਏ ਆ ਕਿ ਇਹਨਾਂ ਨੂੰ ਛੇਤੀ ਰਿਲੀਜ਼ ਕਰਾਓ ਜੀ। ਇਹਨਾਂ ਲੋਕਾਂ ਨੇ ਕਦੇ ਨਹੀਂ ਕਿਹਾ ਹੈਗਾ ਕਿ ਬੰਦੀ ਸਿੱਖਾਂ ਨੂੰ ਰਿਲੀਜ਼ ਕਰਾਓ ਜੀ, ਸਵਾਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲੀ ਦਲ ਤੋਂ ਬਿਲਕੁਲ ਜੀ। ਫਿਰ ਇਹਦਾ ਮਤਲਬ ਇਹ ਵੀ ਹੋਣਾ ਚਾਹੀਦਾ ਕਿ ਬੰਦੀ ਸਿੰਘਾਂ ਨੂੰ ਵੀ ਇਲੈਕਸ਼ਨ ਲੜਨੀ ਚਾਹੀਦੀ ਹੈ ਕਿ ਲੜ ਲੈਣੀ ਚਾਹੀਦੀ ਹੈ। ਪਰ ਦੇਖੋ ਮੈਨੂੰ ਨਾ ਤੁਹਾਨੂੰ ਤੁਸੀਂ ਇਹ ਸਵਾਲ ਕਰਦੇ ਹੈ, ਮੇਰਾ ਦੇਖੋ ਐਜ਼ ਵਕੀਲ ਮੇਰਾ ਇਹਦੇ ਬਾਰੇ ਨਾ ਰਿਜ਼ਰਵ ਹੈ ਜਵਾਬ, ਠੀਕ ਹੈ ਨੀ। ਦੇਖੋ ਇੱਕ ਲੀਡਰ ਹੋਣਾ ਹੋਰ ਚੀਜ਼ ਹੈਗੀ ਆ, ਇੱਕ ਲੋਕਾਂ ਨੂੰ ਨੁਮਾਇੰਦਗੀ ਦੇਣੀ ਹੋਰ ਚੀਜ਼ ਹੈਗੀ ਆ। ਅਸੀਂ ਕੋਈ ਖੇਡ ਨਹੀਂ ਖੇਡ ਰਹੇ, ਸਾਡੀਆਂ ਪਾਰਲੀਮੈਂਟਾਂ ਦੇ ਵਿੱਚ ਸਾਡੀਆਂ ਵਿਧਾਨ ਸਭਾਵਾਂ ਦੇ ਵਿੱਚ ਉਹ ਇੰਟਲੈਕਚੁਅਲ ਔਰ ਇੰਟੈਲੀਜੈਂਟ ਬੰਦੇ ਜਾਣੇ ਚਾਹੀਦੇ ਹੈ ਜਿਹੜੇ ਆਪਣੀ ਸਟੇਟ ਲਈ ਜਾਂ ਆਪਣੇ ਕੰਟਰੀ ਲਈ ਇੱਕ ਐਸੇ ਵਧੀਆ ਕਾਨੂੰਨ ਐਸੇ ਵਧੀਆ ਨੀਤੀਆਂ ਕਰਨ ਜਿਹਦੇ ਨਾਲ ਇਹ ਮੁਲਕ ਜਿਹੜਾ ਹੈਗਾ ਪ੍ਰਫੁੱਲਿਤ ਹੋ ਸਕੇ। ਨਾ ਕਿ ਇਹ ਨਹੀਂ ਹੈਗਾ, ਮੈਂ ਇਹ ਠੀਕ ਹੈ ਉਹਨਾਂ ਲਈ ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਥਾਵਾਂ ਹੋ ਸਕਦੀਆਂ ਜਿੱਥੇ ਉਹਨਾਂ ਲੋਕਾਂ ਨੂੰ ਐਡਜਸਟ ਕੀਤਾ ਜਾ ਸਕਦਾ। ਇੱਕ ਪਾਸੇ ਅਕਾਲੀ ਦਲ ਅੰਮ੍ਰਿਤਪਾਲ ਦੇ ਉੱਤੇ ਸਵਾਲ ਖੜੇ ਕਰ ਰਹੇ ਨੇ, ਅਤੇ ਦੂਜੇ ਪਾਸੇ ਸਰਬਜੀਤ ਖਾਲਸਾ ਕਹਿੰਦੇ ਜਦੋਂ ਸਾਡੇ ਸਿੰਘ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਨੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਤਾਂ ਮੰਗ ਕਰ ਹੀ ਰਹੇ ਹਾਂ, ਅੰਮ੍ਰਿਤਪਾਲ ਵੀ ਇੱਕ ਬੰਦੀ ਸਿੰਘ ਆ। ਅੰਮ੍ਰਿਤਪਾਲ ਬੰਦੀ ਸਿੰਘ ਕਿੱਥੇ ਤੇ ਹੋ ਗਿਆ? ਉਹ NSA ਦੇ ਵਿੱਚ, ਉਹਦੇ ਉੱਤੇ ਤਾਂ ਦੋਸ਼ ਵੀ ਕੋਈ ਤੈਅ ਨਹੀਂ ਹੋਣਾ ਹੈਗਾ। ਉਹ ਤਾਂ ਦੇਖੋ ਮੈਂ ਇਸ ਗੱਲ 'ਤੇ ਮੁਨੱਕਰ ਨਹੀਂ ਹੈਗਾ ਕਿ ਜਿਹੜੇ ਕੇਸ ਦੇ ਵਿੱਚ ਉਸ ਨੂੰ ਅੰਦਰ ਬੰਦ ਕੀਤਾ ਵਾ ਉਹ ਗਲਤ ਹੈ, ਨਹੀਂ ਕਰਨਾ ਚਾਹੀਦਾ ਸੀ। NSA ਲਾ ਕੇ ਤੁਸੀਂ ਕਿਵੇਂ ਉਹਨਾਂ ਨੂੰ ਬੰਦ ਕਰ ਦੋਗੇ? ਰਹਿੰਦਾ ਖੁੰਹਦਾ ਉਹ ਸਾਡੀਆਂ ਸਰਕਾਰਾਂ, ਪੰਜਾਬ ਦੀ ਸਰਕਾਰ ਦੇ ਮੈਂ ਕਹਿੰਦਾ ਵੀ ਮੱਥੇ ਪਰ ਹੱਥ ਮਾਰਨ ਵਾਲੀ ਗੱਲ ਹੈਗੀ ਆ। ਤਾਂ ਕਹਿੰਦੇ ਜੀ ਅਸੀਂ NDPS ਵਾਲੇ ਕੇਸਾਂ ਨੂੰ ਵੀ ਦਿਬੜੂਗੜ੍ਹ ਭੇਜਾਂਗੇ। ਸੱਤਿਆ ਨਾਸ ਸਾਡੇ ਸਿਸਟਮ ਦਾ ਇਹਨਾਂ ਲੋਕਾਂ ਨੇ, ਖਾਸ ਤੌਰ 'ਤੇ ਆਹ ਜਿਹੜੇ ਬਦਲਾਵ ਵਾਲੇ ਸੀ ਨਾ, ਇਹਨਾਂ ਨੇ ਜਿਹੜਾ ਹੈਗਾ ਬੇੜਾ ਗਰਕ ਪੰਜਾਬ ਦਾ ਇਸ ਹਿਸਾਬ ਨਾਲ ਕਰਕੇ ਜਾਣਗੇ ਕਿ ਪੰਜਾਬ ਸੈਕਿੰਡ ਦੀ ਕੰਡੀਸ਼ਨ ਦੇ ਵਿੱਚ ਆ ਜਾਵੇ।